ਫੁੱਲ ਤਾਕਤ ਨਾਲ ਆ ਜਾਓ, ਹੋਰ ਤਾਕਤ ਨਾਲ ਆ ਜਾਓ, ਫੁੱਲ ਜਿਸਮ ਜਾਏ ਤਾਕਤ ਨਾਲ ਨਾ ਦੀ ਅਲੀਓ ਮਜ਼ਾ ਜਾਏ ਵੀ ਤੇਰੇ ਨਾਲ ਲੱਗਾ ਫਿਰ ਨਵਾਂ ਆਏ ਵੀ ਟੁੱਲੋ ਹਮੇ ਮਾਗਾ ਮੇ ਚੀਨ ਜਲ ਵੀ ਅਜ਼ਮਤ ਕਾ ਯਾ ਅੱਲਾਹ ਹੋ ਬਿਨ ਬੂ ਅਤੀ ਕਾ ਯਾ ਮੁਹੰਮਦ ਸੱਲੱਲਾਹੁ ਜ਼ਲਮ ਬੇ ਵਲਾ ਯਾ ਤੀ ਕਾ ਯਾ ਅਲੀ ਹੋ ਯਾ ਅਲੀ ਹੋ ਯਾ ਅਲੀ ਫੋਟਾ ਕਸ ਆ ਜਾ ਹੋਟਾ ਕਸ ਆ ਜਾ ਹੋਟਾ ਕਸ ਆ ਜਾ ਹੋਟਾ ਕਸ ਆ ਜਾ ਇਹਨੇ ਬਾਤ ਹੋ ਜਾ ਬਾਬਾ ਦੋ ਚਾਰ ਚਪੇੜੇ ਉਸਕੋ ਮਾਰੇ ਹੋਰ ਮਾਰੇ ਮਾਰੇ ਹੋਰ ਮਾਰੇ ਪੂਰੇ ਸਾਰੇ ਆਵਾਜ਼ ਆਏ ਜ਼ੋਰ ਸੇ ਮਾਰੇ ਜ਼ੋਰ ਸੇ ਹੋਰ ਜ਼ੋਰ ਸੇ ਹੋਰ ਮਾਰੇ ਹੋਰ ਮਾਰੇ ਹੋਰ ਮਾਰੇ ਹੋਰ ਮਾਰੇ ਹੋਰ ਮਾਰੇ ਸਿਰਫ ਗਰਮ ਗਰਮ ਕੀਲੇ ਠੋਕ ਦੇ ਸੋ ਹੋਰ ਹੋਰ ਮਾਰੇ ਹੋਰ ਮਾਰੇ ਚੀਖੀ ਆਵਾਜ਼ ਆਏਗਾ ਚੀ ਚੀਖੀ ਆਵਾਜ਼ ਬੋਲ ਮੁਸਲਮਾਨ ਕਾ ਫਰ ਹੈ ਬੋਲ 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 ਛੋੜੇ ਗਏ ਬਾਬਾ ਸ਼ਹਿਰ ਮੇ ਸ਼ਹਿਰ ਮੇ ਹੋ ਜੇ ਮਾਜੀ ਆ ਬੋਲੇ ਮੁਸਲਮਾਨ ਕਾ ਫਰ ਹੋ ਉੱਚਾ ਨਾ ਕਾਫਰ ਹਿੰਦੂ ਹਿੰਦੂ ਹੈ ਸਿੱਖ ਹੈ ਸਹੀ ਹੈ ਕੌਣ ਹੈ ਕਾਫਰ ਸਹੀ ਹੈ ਸਹੀ ਸਹੀ ਹੈ ਇਹ ਸਹੀ ਕਾ ਬਸ ਬੜੀ ਤਾਕਤ ਹੈ ਉਹ ਤਾਕਤ ਹੈ ਆ ਉਹ ਤਾਕਤ ਹੈ ਬਾਬਾ ਜੀ ਸੇ ਦੋਚ ਪੇੜੇ ਹੋਣਾ ਮਾਰੋ ਬਾਬਾ ਜੀ ਕੀ ਸੇ ਦੋਚ ਪੇੜੇ ਹੋਣਾ ਮਾਰੋ ਬੋਲ ਨਾ ਪੱਕਾ ਸਹੀ ਹੈ ਕੱਚਾ ਸਹੀ ਹੈ ਸਹੀ ਪੱਕਾ ਸਹੀ ਹੈ ਕੱਚਾ ਪੱਕਾ ਕਾ ਮੁਝੇ ਕਸਮ ਹੈ ਮੁਝੇ ਕਸਮ ਹੈ ਈਸਾ ਬਿਨ ਮਰੀਮ ਕੀ ਈਸਾ ਬਿਨ ਮਰੀਮ ਕੀ ਜੋ ਵੀ ਬਾਤ ਬਤਾਉਂਗਾ ਜੋ ਵੀ ਬਾਤ ਬਤਾਉਂਗਾ ਹੱਕ ਸੱਚ ਕੀ ਬਤਾਉਂਗਾ ਹੱਕ ਸੱਚ ਬਣਾਉਂਗਾ ਤੂੰ ਜਿਨ ਮੁਝੇ ਇਹ ਬਤਾ ਤੂੰ ਇਸਕੇ ਉਪਰ ਕੈਸੇ ਆਇਆ ਹੈ ਜਾਦੂ ਸੇ ਆਇਆ ਹੂੰ ਜਾਦੂ ਸੇ ਆਇਆ ਸੱਚੀ ਬਾਤ ਬਤਾ ਰਹਾ ਹੈ ਬੋਲ ਸੱਚੀ ਬਾਤ ਬਤਾ ਰਹਾ ਹੈ ਸੱਚੀ ਬਾਤ ਬਤਾ ਰਹਾ ਹੈ ਅੱਛਾ ਕਿਸੇ ਨੇ ਭੇਜਿਆ ਹੈ ਜਾਂ ਕੋਈ ਦੁਰਤੀ ਆਇਆ ਹੈ ਭੇਜਿਆ ਕਿਉਂ ਭੇਜਿਆ ਗਿਆ ਹੈ ਜਾਦੂਗਰ ਨੇ ਕਿਆ ਕਿਆ ਡਿਊਟੀ ਲਗਾਈ ਸੀ ਇਸ ਕੋ ਤਕਲੀਫ ਹੈ ਤੜਪਾਨਾ ਸਿਰਫ ਤੜਪਾਨਾ ਮਨ ਚਰਪਾਈ ਪੇ ਬਸ ਰਖਵਾ ਕੇ ਰੱਖ ਹੋਰ ਬਸ ਤੜਪਾ ਕੇ ਤੜਪਾ ਕੇ ਰੱਖਣਾ ਪੱਕੀ ਬਾਤ ਹੈ ਮਾਰ ਕੇ ਬਸ ਹੈ ਤੇਰੇ ਪਿੱਛੇ ਕਿੰਨੇ ਦਵਾਈ ਦਵੇ ਹੈ ਬੋਲਾ ਤੇਰੇ ਪਿੱਛੇ ਕੋ ਦਵਾਈ ਸਭ ਦਵੇ ਦਵਾਈ ਹੈ ਜੀ ਤਵੀ ਜੀ ਅਭੀ ਮੈਂ ਤੇਰੀ ਤਵੀ ਨਿਕਾਲਤਾ ਹੂੰ ਠੀਕ ਹੈ ਜੀ ਬਿਸਮਿਲਲਾਹ ਰਹਿਮਾਨ ਰਹੀਮ ਅਸਲਾਮ ਬਿੱਲੀ ਪਰਵਾਜ਼ ਕਰਕੇ ਜਾ ਤਵੀਜ਼ ਨਿਕਾਲ ਇਸ ਨੂੰ ਜ਼ਰਾ ਵੀ ਜ਼ਰਾ ਹਾਂਜੀ ਇਹ ਜੋ ਬਿੱਲੀ ਗਿਆ ਤਵੀਜ਼ ਨਿਕਾਲਣੇ ਵਾਲਾ ਉੜ ਕੇ ਜਾ ਰਿਹਾ ਪੈਦਲ ਜਾ ਰਿਹਾ ਜਾ ਰਿਹਾ ਹੈ ਉੜ ਕੇ ਉੱਚਾ ਬੋਲਾ ਉੜ ਕੇ ਜਾ ਰਿਹਾ ਹੈ ਤਾਕਤ ਵਾਲਾ ਨਾਰਮਲ ਹੈ ਬੱਚਾ ਤਾਕਤ ਵਾਲਾ ਹੈ ਹਾਂ ਬੋਲ ਅਭੀ ਕਾਕਾ ਸੇ ਨਿਕਾਲ ਰਿਹਾ ਪਹੁੰਚ ਗਿਆ ਕਬਰ ਸੇ ਨਿਕਾਲ ਰਿਹਾ ਕਬਰ ਸੇ ਨਿਕਾਲ ਯੇ ਕਬਰ ਕਹਾਂ ਪੇ ਹੈ ਤਾਜਾ ਬਾਜਾ ਗਾਉਂ ਮੈਂ ਤਾਜਾ ਬਾਜਾ ਗਾਉਂ ਇਹ ਆ ਕੋਈ ਕਿਤੇ ਨਿਕਾਲੇ ਉਸ ਤਵੀਰ ਦੋ ਤਵੀਰ ਹੈ ਵਾਹ ਇਹ ਇਨਸਾਨ ਨੂੰ ਜਾ ਕੇ ਦਵਾਈ ਹੈ ਜਿਨੂੰ ਨੇ ਇਨਸਾਨ ਨੂੰ ਨੇ ਦਵਾਈ ਇਨਸਾਨ ਨੇ ਕਿਤਾ ਸਾ ਗਿਆ ਤਵੀਰ ਮੇਰੇ ਅਬ ਸਬਰ ਕਰਨਾ ਹਾਂ 7 ਸਾਲ ਹੋ ਗਏ ਕਿੰਨਾ 7 ਸਾਲ 7 ਸਾਲ ਹੋ ਗਏ ਨੇ 7 ਸਾਲ ਮੈਂ ਤੁਹਾਨੂੰ ਜੀਤ ਕੇ ਕਿਆ ਬਰਬਾਦੀ ਨਿਕਾਲੀ ਹੈ ਪੜ੍ਹ ਕੇ ਲਾ ਇਲਾਹਾ ਮੁਸਲਮਾਨ ਹੋ ਗਿਆ ਲਾ ਇਲਾਹਾ ਲਾ ਇਲਾਹਾ ਇਲਾਹ ਇਲਾਹ ਮੁਹੰਮਦ ਰਸੂਲullah ਮੁਹੰਮਦ ਰਸੂਲullah ਪੜ੍ਹ ਕੇ ਬਾਬਾ ਲਾ ਇਲਾਹਾ ਲਾ ਇਲਾਹਾ ਇਲਾਹ ਇਲਾਹ ਮੁਹੰਮਦ ਰਸੂਲullah ਮੁਹੰਮਦ ਰਸੂਲullah ਲਾ ਇਲਾਹਾ ਲਾ ਇਲਾਹਾ ਇਲਾਹ ਇਲਾਹ ਮੁਹੰਮਦ ਰਸੂਲullah ਮੁਹੰਮਦ ਰਸੂਲullah ਮੈਂ ਅਕਸਰ ਕਲਮਾ ਪੜ੍ਹਾ ਬੋਲ
मैंने अक्सर का कलमा मैंने अक्सर का कलमा पढ़ा। मैं मुसलमान हुआ। मुझे कसम है। हज़रत सुलेमान बिन दाऊद अल इस्लाम की। इसको छोड़ दिया। जिंदगी भर। इसके पास नहीं आएंगे। इसको तंग नहीं करेंगे। अभी झटका देके निकला है, ठीक है? अगर मैं दोबारा आया, मुझे कैद कर लेना, कत्ल कर देना, जला देना। झटका देके निकला। अल्लाह हाफिज़। अस्सलाम वालेकुम। क्या नाम है आपका? वकार अहमद। वकार अहमद, आप किस जगह से तशरीफ लाए? मैं अटक कामरा से आए। अटक कामरा से। तो आपको अस्ताने अलिया पत्रेटा शरीफ के बारे में किसने बताया था? जी, मेरा भाई होता है आर्मी में। अच्छा। उसने यूट्यूब में देखा था। हम पूरे पाकिस्तान तकरीबन फिर चुके हैं। तो आपको क्या प्रॉब्लम थी? मुझे ये तकलीफें देते थे, बस इधर पहले तकलीफ देती थी, धड़कन बढ़ा दी थी मैंने, दिल की धड़कन बढ़ा दी थी। तो मैं डॉक्टर के पास गया, इधर ईसीजी में सब कुछ ठीक आया। फिर कुछ थोड़े दिनों के बाद मेरे इधर दर्द शुरू हो गया। मैंने चेक कराया, डॉक्टर साहब कहते हैं कि आपको कोई नफसियाती मसला है। फिर ऐसे ही आहिस्ता आहिस्ता दर्द बढ़ती गई, तकलीफें इतनी ज़्यादा हो गई कि मुझे कंपनी ने भेज दिया पाकिस्तान। जब मैं पाकिस्तान आया हूँ तो MH हॉस्पिटल में चला गया हूँ। उधर डॉक्टर ने कहा है कि इसका थोड़ा सा दिमागी तवाज़ुन का मसला है। मतलब डॉक्टर ने आपको कहा कि डिप्रेशन है आपका? दिमागी मसला है। नौशहरा में हम गए हैं, नौशहरा से मेरा उन्होंने वो पूरा दिमाग का किया है, बायोडाटा लिया है, उसमें सब क्लियर था। ठीक है। जैसे आपका हजरत साहब ने अभी जिनात हज़र की है, उसने बताया कि मैंने इनके बहुत ज़्यादा नुकसान किए हैं, कि ये सऊदी अरब में नौकरी करते थे कंपनी में, मैंने इनको वो नौकरी से निकलाया और पाकिस्तान भेज गया, ये सच है? जी सच है, मैं उधर से आया हूँ, बहुत तड़पाया। तो अभी आपका हजरत साहब ने इलाज किया है, आप अपने आप को 100 में से कितने परसेंट ठीक फील कर रहे हैं? मैं तकरीबन 60-65। अभी दिल की धड़कन देखें, पहले की तरह है या नॉर्मल पोजीशन में है? नहीं, धड़कन तो नहीं है, नॉर्मल है बिल्कुल। धड़कन बिल्कुल ठीक। टांगे बाजू वगैरह ला के देखें, बॉडी आपकी पहले की तरह भारी है या हल्की है? अल्हम्दुलिल्लाह बेहतर है। तो आप इधर अस्ताने आलिया पत्रेटा शरीफ तशरीफ लाए, आपसे किसी ने इलाज के सिलसिले में किसी ने पैसे की डिमांड की हो? नहीं, अल्हम्दुलिल्लाह फी सबीलिल्लाह इलाज मुफ्त है। तो आप लोगों को क्या मैसेज देना चाहते हैं जो इस तरह की बीमारी में मुब्तला हैं? जैसे आप आए इधर, अल्लाह ताला ने आपको शिफा दी, आप उन लोगों को क्या मैसेज देना चाहते हैं? मैं लोगों को यही पैगाम देना चाहता हूं कि अगर आपको शफा की ज़रूरत है, अल्लाह पाक आपको शफा दे, तो आप इधर ज़रूर तशरीफ लाएँ, एक दफ़ा ज़रूर आजमा लें। ठीक, अल्लाह ताला आपको मज़ीद शफा दे। आमीन।